रहे राम
समझ नहीं पाए। ये रास्ता कोई आसान नहीं, बिखड़े दाओ लंघावे मेरा सतगुरु, औखा रास्ता। हुण आपां जरा सारे सोचिए जी, भला सिंधे सुखाले अर्थ इस दे लेने हो, सोच पै जाओ ठीक है,
ਬਾਬਾ ਕਬੀਰ ਕਹਿੰਦੇ ਨੇ ਮੈਨੂੰ ਕੋਈ ਨਹੀਂ ਦਿਸਦਾ ਸੰਸਾਰ ਵਿੱਚ ਇਹੋ ਜਿਹਾ ਜੰਮਿਆ ਹੋਵੇ। ਕਿੱਡਾ ਵੱਡਾ ਚੈਲੇਂਜ ਹੈ, ਐਸਾ ਕੋਈ ਨਾ ਚੱਲਿਆ ਇਹੋ ਜਿਹਾ ਆਪਣੇ ਘਰ ਲਾਵੇ ਆਗ, ਦੂਜਿਆਂ ਦੇ ਘਰ ਨੂੰ ਅੱਗ ਲਾਉਣ ਵਾਲੇ ਤਾਂ ਬੜੇ ਦੇਖੇ। ਕਹਿਣ ਲੱਗੇ ਮੈਨੂੰ ਕੋਈ ਨੀ ਦਿਸਦਾ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇ। ਮੈਂ ਚਾਹੁੰਦਾ ਇੱਕ ਵਾਰ ਸਿੱਧੇ ਜਿਹੇ ਆਪਾਂ ਇਹਦੇ ਸ਼ਬਦਾਰਥ ਕਰ ਲਈਏ, ਫਿਰ ਉਸਦੀ ਵਿਚਾਰ ਵਿੱਚ ਆਈਏ। ਆਖਿਰ ਤੇ ਸੋਚਣਾ ਪੈਣਾ, ਅਨਹੋਣੀ ਜੀ ਗੱਲ ਕਰ ਦਿੱਤੀ, ਅਨਹੋਣੀ ਨੂੰ ਹੋਣੀ ਬਣਾਉਣਾ ਗੁਰਮਤ ਦਾ ਕੰਮ ਹੈ। ਕਹਿਣ ਲੱਗੇ ਐਸਾ ਕੋਈ ਨਹੀਂ ਜਨਮਿਆ, ਪੈਦਾ ਹੀ ਨਹੀਂ ਹੋਇਆ ਜਿਹੜਾ ਆਪਣੇ ਘਰ ਨੂੰ ਅੱਗ ਲਾਵੇ ਤੇ ਪਰਿਵਾਰ ਦੇ ਜੀ ਜੀ ਉਹਦੇ ਪੰਜ ਪੁੱਤਰ ਨੇ ਪੰਜਾਂ ਨੂੰ ਸਾੜ ਕੇ ਰੱਖ ਦੇਵੇ। ਪੰਜੋ ਲੜਕਾ ਜਾਣ ਕੇ ਜਲਾ ਦੇਵੇ ਪੰਜਾਂ ਨੂੰ, ਤੇ ਇਹ ਕੁਝ ਕਰਕੇ ਫਿਰ ਰਾਮ ਨਾਲ ਲਿਵ ਲਾਵੇ। ਕੀ ਰਾਮ ਦੀ ਇਹੋ ਸ਼ਰਤ ਹੈ? ਲਾ ਇੱਥੇ ਸੋਚਣਾ ਹੋਵੇਗਾ, ਜਾਣ ਲਈ ਇੱਕ ਰਸਤਾ ਖੁੱਲ ਗਿਆ ਹੈ ਕਿ ਰਾਮ ਦੀ ਸ਼ਰਤ ਹੈ? ਰੱਬ ਨੂੰ ਮਿਲਣ ਲਈ ਆਪਣੇ ਘਰ ਨੂੰ ਅੱਗ ਲਾ ਦੇਵੇ, ਪੰਜੇ ਪੁੱਤਰ ਜਲਾ ਦੇਵੇ, ਪੰਜੋ ਲੜਕਾ ਜਾਲ ਕੇ ਰਹੇ ਰਾਮ ਲੀਲਾ। ਚਲੋ ਜੇ ਜਲਾ ਨਾ ਸਕੇ ਤੇ ਕੋ ਹੈ ਲੜਕਾ ਵੇਚੇ ਕੜਕੇ ਵੇਚ ਦੇਵੇ, ਲੜਕੀਆਂ ਵੀ ਵੇਚ ਦੇਵੇ। ਅੱਖਰੀ ਦੋ ਅੱਖਰੀ ਅਰਥ ਕੋ ਹੈ, ਕੋ ਹੈ ਉਹ ਜਿਹਾ, ਕਿਉਂਕਿ ਪਹਿਲਾਂ ਕਹਿ ਚੁੱਕੇ ਨੇ ਐਸਾ ਕੋਈ ਨਾ ਜਨਮੇ। ਇੱਥੇ ਫਿਰ ਉਹ ਚੈਲੇਂਜ ਦਾ ਫਿਕਰ, ਕੋ ਹੈ, ਕੋਈ ਹੈ ਲੜਕਾ ਵੇਚੇ ਹੀ, ਲੜਕੀ ਵੇਚੇ ਕੋਏ, ਲੜਕੀ ਵੀ ਵੇਚ ਦੇਵੇ, ਲੜਕਾ ਵੀ ਵੇਚ ਦੇਵੇ, ਤੇ ਕਬੀਰ ਨਾਲ ਬੈਠ ਕੇ ਕੋਈ ਸਾਂਝਾ ਫੈਸਲਾ ਕਰੇ, ਕੋਈ ਸਾਂਝ ਪਾਏ, ਫਿਰ ਮੇਰੀ ਮੇਰੀ ਸੰਗਤ ਵਿੱਚ, ਮੇਰੇ ਸੰਗ ਵਿੱਚ, ਮੇਰੇ ਮਿੱਤਰਤਾ ਦੇ ਘੇਰੇ ਵਿੱਚ ਆਵੇ ਤੇ ਅਸੀਂ ਮਿਲ ਕੇ ਰੱਬ ਨਾਲ ਕੋਈ ਵਣਜ ਕਰੀ ਹੈ। ਇਹ ਸਭ ਕੁਝ ਬਰਬਾਦ ਕਰਕੇ ਲੋਸ ਰੁਕਣਾ। ਇੱਕ ਵਾਰ ਇਹਨਾਂ ਦੋਵਾਂ ਸਲੋਕਾਂ ਨੂੰ ਫਿਰ ਪੜ੍ਹੀਏ। ਸੰਬੰਧ ਜੋੜਨ ਦੀ, ਹਰੀ ਨਾਲ ਰੱਬ ਨਾਲ ਵਪਾਰ ਕਰਨ ਦੀ ਗੱਲ ਹੈ। ਪਹਿਲੇ ਸਰੂਪ ਦੇ ਅਖੀਰ ਦੇ ਲਫ਼ਜ਼ ਵੀ ਇਹ ਨੇ, ਰਹੇ ਰਾਮ ਲਿਵਲਾਗ, ਤੇ ਦੂਜੇ ਦੇ ਵਿੱਚ ਵੀ ਹਰਸੋਂ ਬਣ ਕੇ ਰਹੇ। ਔਰ ਸ਼ਰਤ
ਤਾਂ ਦੋਹਾਂ ਵਿੱਚ ਬੜੀ ਅਜੀਬ ਕਿਸਮ ਦੀ ਹੈ ਤੇ ਚੈਲੰਜ ਵਾਲੀ ਸ਼ਰਤ ਹੈ। ਐਸਾ ਕੋਈ ਨਾ ਜਨਮਿਆ ਆਪਣੇ ਘਰ ਦਾ ਬਿਆਨ, ਕੋਈ ਨਹੀਂ ਮੈਨੂੰ ਦਿਸਦਾ ਜਿਹੜਾ ਆਪਣੇ ਘਰ ਨੂੰ ਅੱਗ ਲਾ ਲਵੇ, ਪੰਜਾਂ ਪੁੱਤਰਾਂ ਨੂੰ ਜਲਾ ਦੇਵੇ ਤੇ ਰੱਬ ਨਾਲ ਲਿਵ ਲਾਏ ਜੁੜੇ। ਜੇ ਜਲਾ ਨਾ ਸਕੇ ਤੇ ਵੇਚ ਦੇਵੇ, ਲੜਕਾ ਵੀ ਵੇਚ ਦੇਵੇ, ਲੜਕੀ ਵੀ ਵੇਚ ਦੇਵੇ। ਫਿਰ ਮੇਰਾ ਮਿੱਤਰ ਹੈ, ਫਿਰ ਮੇਰਾ ਸੰਗੀ ਹੈ, ਫਿਰ ਮੇਰੇ ਕਾਫਲੇ ਦਾ ਭਾਈ ਵਾਲੇ, ਅਸੀਂ ਮਿਲ ਕੇ ਹਰੀ ਨਾਲ ਕੋਈ ਜੀਵਨ ਦਾ ਵਪਾਰ ਕਰੀਏ। ਘਰ ਨੂੰ ਅੱਗ ਲਾਉਣ ਦੀ ਸ਼ਰਤ ਬਾਬਾ ਫਰੀਦ ਰੱਖ ਰਹੇ ਨੇ ਕਿ ਸਾਡੇ ਖਿਆਲਾਂ ਅੰਦਰ ਇਸ ਸ਼ਬਦਾਵਲੀ ਦੇ ਇਹੋ ਅਰਥ ਸਿੱਧੇ ਅਰਥ ਬਣਨਗੇ। ਪਹਿਲਾਂ ਸਾਨੂੰ ਸੋਚਣਾ ਪਏਗਾ, ਇੱਕ ਤਸੱਵਰ ਕਰਨਾ ਪਏਗਾ ਕਿ ਕਿਸ ਘਰ ਦੀ ਗੱਲ ਕਰ ਰਹੇ ਨੇ, ਕਿਸ ਘਰ ਦੀ ਗੱਲ ਕਰ ਰਹੇ ਨੇ, ਉਹ ਘਰ ਕਿਵੇਂ ਬਣਿਆ, ਕਿਸ ਪਰਿਵਾਰ ਦੀ ਗੱਲ ਕਰ ਰਹੇ ਨੇ, ਉਹ ਪਰਿਵਾਰ ਕਿਵੇਂ ਬਣਿਆ। ਜਦੋਂ ਸਾਨੂੰ ਇਹਨਾਂ ਦੋ ਚੀਜ਼ਾਂ ਦੀ ਸਮਝ ਆ ਜਾਏਗੀ ਨਾ, ਫਿਰ ਆਪਣੇ ਘਰ ਲਾਵੇ ਆਗ ਦੀ ਜਵਾਬ ਵੀ ਆ ਜਾਏਗਾ, ਫਿਰ ਪੰਚੋ ਲੜਕਾ ਜਾੜਕੇ ਦਾ ਜਵਾਬ ਵੀ ਆ ਜਾਏਗਾ। ਉਹ ਪਰਿਵਾਰ ਹੈ, ਪੰਚੋ ਲੜਕਾ ਤਾਂ ਪਰਿਵਾਰ ਨਹੀਂ ਸਹਿਣ, ਆਪਣੇ ਘਰ ਲਾਵੇ ਆਗ, ਘਰ ਦਾ ਜ਼ਿਕਰ। ਹੁਣ ਆਪਾਂ ਬਹੁਤ ਦੇਰ ਹੋਈ, ਇੱਕ ਵਾਰ ਵਿਚਾਰ ਆਏ ਸਨ, ਉਹਦੇ ਵਿੱਚ ਇਹ ਖਿਆਲ ਸੀ ਕਿ ਘਰ ਦਾ ਅਰਥ ਅੱਖਰੀ ਅਰਥ ਕੀ ਹੈ, ਘਰ ਲੋਕ ਕਿਸ ਲਈ ਬਣਾਉਂਦੇ ਨੇ, ਘਰ ਦਾ ਅੱਖਰੀ ਅਰਥ ਤਾਂ ਹੈ ਜਿਹਦੇ ਵਿੱਚ ਰਹਿ ਰਹੇ ਮਨੁੱਖ ਨੇ। ਉਹ ਘਰ ਜਿਹੜਾ ਹੈ ਉਹ ਇੱਕ ਬੰਦਿਸ਼ ਹੈ, ਉਹ ਇੱਕ ਮਰਿਆਦਾ ਹੈ, ਬਾਹਰ ਦੀ ਮਰਿਆਦਾ ਨਹੀਂ ਹੁੰਦੀ। ਬਾਹਰ ਤਾਂ ਗਿਣਤੀ ਕੋਈ ਨਹੀਂ, ਕੋਈ 10, 20, 50 ਜਿੱਥੇ ਮਰਜ਼ੀ ਜਾ, ਲੇਕਿਨ ਘਰ ਜਿਹੜਾ ਹੈ ਵੱਡਾ ਛੋਟਾ ਤਾਂ ਹੋ ਸਕਦਾ, ਲੇਕਿਨ ਉਹਦੀ ਲਿਮਿਟ ਹੈ, ਕੋਈ 1,000 ਗਜ਼ ਵਿੱਚ ਬਣਿਆ ਹੈ, ਕੋਈ 10,000 ਗਜ਼ ਵਿੱਚ ਬਣਿਆ, ਪਰ ਆਖਰ ਉਹਦੀ ਉਸਾਰੀ ਵੇਲੇ ਕੋਈ ਨਕਸ਼ਾ, ਕੋਈ ਦੀਵਾਰਾਂ ਦੀ ਮਿਣਤੀ, ਉਹਦੀ ਲਿਮਿਟ ਹੈ। ਤੇ ਲਿਮਿਟ ਦਾ ਅਰਥ ਹੀ ਦੂਜਾ ਹੈ ਮਰਿਆਦਾ, ਜਿੱਥੇ ਲਕੀਰ ਫਿਰ ਜਾਏ, ਇਸ ਤੋਂ ਬਾਹਰ ਨਹੀਂ ਜਾ ਸਕਦਾ। ਜਿਹਦੇ ਤੋਂ ਬਾਹਰ ਨਾ ਜਾ ਸਕੇ ਉਹਦਾ ਨਾਂ ਘਰ ਹੈ, ਘਰ ਉਸਨੂੰ ਕਹਿੰਦੇ। ਹੁਣ ਇੱਥੇ ਘਰ ਦੋ ਤਰ੍ਹਾਂ ਦੇ ਨੇ। ਸ੍ਰੀ ਗੋਬਿੰਦ ਸਾਹਿਬ ਵਿੱਚ ਘਰ ਦਾ ਬੜਾ ਜ਼ਿਕਰ ਹੈ, ਇੱਕ ਥਾਂ ਤੇ ਕਹਿੰਦੇ ਨੇ ਘਰ ਬੰਧੋ ਸੱਚ ਧਰਮ ਕਾ, ਇਹ ਵੀ ਕਹਿੰਦੇ ਨੇ ਕਹੋ ਨਾਨਕ ਨਿੱਚ ਘਰ ਬੰਦ, ਕਹੋ ਨਾਨਕ ਨਿੱਚ ਘਰ ਬੰਦ, ਗੁਰ ਪੀਓ ਬੰਦਾਨੀ। ਇਹ ਕਰਦਾ ਜ਼ਿਕਰ ਹੈ। ਇੱਕ ਗੱਲ ਹੋਰ ਸਾਂਝੀ ਕਰਕੇ ਅਗਾਂਹ ਤੁਰਾਂ, ਘਰ ਬਣਾਉਣ ਵਾਲੇ ਪਹਿਲਾਂ ਪੈਦਾ ਹੁੰਦੇ ਨੇ ਤਾਂ ਘਰ ਬਣਦਾ, ਜਿਹਨੂੰ ਲੋੜ ਹੁੰਦੀ ਉਹ ਪਹਿਲਾਂ ਪੈਦਾ ਹੁੰਦਾ, ਉਹ ਫਿਰ ਆਪਣੀ
ਆਪਣੀ ਮਰਜ਼ੀ ਦਾ ਘਰ ਬਣਾਉਂਦੇ ਨੇ। ਪਹਿਲਾਂ ਵਸਣ ਵਾਲੇ ਪੈਦਾ ਹੁੰਦੇ ਨੇ, ਉਹ ਆਪਣੀ ਲੋੜ ਅਨੁਸਾਰ ਆਪਣੀ ਮਰਜ਼ੀ ਦਾ ਘਰ ਬਣਾਉਂਦੇ ਨੇ। ਇੱਥੇ ਲਫ਼ਜ਼ ਵੀ ਵਰਤਿਆ ਨੇ ਆਪਣਾ ਘਰ, ਫਿਰ ਦੁਬਾਰਾ ਦੁਹਰਾ ਦੇ नजर में ओ अपने घर लावे आग, अपना घर ते बनाने वाला कौन है? एक परिवार। ते परिवार किवें बनता है? ये सारी गल्लां हर पक्ष तो अपना देख के फिर इत्थे पहुंचना है। परिवार किवें बनता है? उनके विच पति स्त्री ਦੰਪਤੀ ਅਤੇ ਉਹਨਾਂ ਤੋਂ ਜਨਮ ਲੈਣ ਵਾਲੇ ਬੱਚੇ ਪਰਿਵਾਰ, ਇਹ ਸਾਰੇ ਮਿਲਦੇ ਨੇ ਤਾਂ ਇੱਕ ਪਰਿਵਾਰ ਬਣਦਾ। ਹੁਣ ਆਓ, ਕਹਿੰਦੇ ਨੇ ਮਨ ਇੱਕ ਪਤੀ ਹੈ, ਅਤੇ ਕਿਹੜੀ ਅਜੀਬ ਘਟਨਾ ਇਹ ਘਰ ਬਣਿਆ ਕਿੱਥੇ? ਜਿਹਨੂੰ ਕਹਿੰਦੇ ਨੇ ਆਪਣਾ ਘਰ। ਤੁਖ ਆਈ ਸੀ ਇੱਕ ਵਾਰ, ਜਬ ਇਨ ਆਪਣੀ ਆਪਣੀ ਦਹਾਰੀ, ਜਬ ਇਨ ਆਪਣੀ ਆਪਣੀ ਦਹਾਰੀ, ਤਬ ਇਸ ਕੋ ਹੈ ਮੁਸ਼ਕਲ ਭਾਰੀ। ਆਪਣਾ ਘਰ। ਹੁਣ ਮਨ ਜਿਹੜਾ ਹੈ ਉਹ ਵਿਆਹਿਆ ਜਾਏ ਤੇ ਉਹਦੇ ਉਹਦਾ ਪਰਿਵਾਰ ਪੈਦਾ ਹੋਵੇ। ਹੁਣ ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਸਮਝਣਾ। ਗੁਰਬਾਣੀ ਵਿੱਚੋਂ ਹੀ ਗੁਰਬਾਣੀ ਦੇ ਜਵਾਬ ਨੇ। ਗੁਰੂ ਕਹਿੰਦੇ ਨੇ ਮਾਇਆ ਇੱਕ ਉਹ ਇਸਤਰੀ ਹੈ ਜਿਹੜੀ ਆਪਣੇ ਪਤੀ ਨੂੰ ਜਨਮ ਦਿੰਦੀ ਹੈ। ਆਪਣੇ ਪਤੀ ਨੂੰ ਜਨਮ ਦਿੰਦੀ ਹੈ। ਬਾਬਾ ਕਬੀਰ ਜੀ ਦੇ ਸ਼ਬਦ ਹੈ, ਕਹਿੰਦੇ ਨੇ ਦੇਖੋ ਲੋਗਾ, ਲੋਕੋ ਦੇਖ ਲਓ, ਦੇਖੋ ਲੋਗਾ ਕਲ ਕੋ ਬਹਾਓ, ਕਲ ਯੁਗ ਦਾ ਪ੍ਰਭਾਵ ਦੁਨੀਆ ਦੇ ਲੋਕੋ ਦੇਖ ਲਓ, ਕਲ ਯੁਗ ਦਾ ਪ੍ਰਭਾਵ ਕੀ ਹੈ? ਦੇਖੋ ਲੋਗਾ ਕਲ ਕਾ ਭਾਉ, ਸੁਧ ਮੁਖ ਲਾਈ ਆਪਣੀ ਮਾਉ। ਸਾਰੀ ਗੱਲਾਂ ਅੱਜ ਅਨੋਖੀਆਂ ਹਾਰੀਆਂ ਨੇ ਕਿ ਕਲ ਯੁਗ ਦਾ ਕੀ ਪ੍ਰਭਾਵ ਹੈ ਦੁਨੀਆਂ ਦੇ ਲੋਗੋ? ਮੈਂ ਤੁਹਾਨੂੰ ਦੱਸਾਂ, ਪੁੱਤਰ ਨੇ ਆਪਣੀ ਮਾਂ ਨਾਲ ਵਿਆਹ ਕਰਾ ਲਿਆ। ਦੇਖੋ ਲੋਕਾ ਕਲ ਕੋ ਭਾਉ, ਹੁਣ ਸੁੱਤ ਨੇ ਆਪਣੀ ਮਾਂ ਨਾਲ ਜੇ ਵਿਆਹ ਕਰਾਇਆ ਤੇ ਉਹ ਸੁੱਤ ਦਾ ਪਹਿਲਾ ਰਿਸ਼ਤਾ ਕੀ ਹੈ? ਉਹ ਵੀ ਇਸੇ ਸ਼ਬਦ ਦੇ ਆਰੰਭ ਵਿੱਚ ਕਹਿ ਦਿੱਤਾ ਹੈ। ਉਹ ਕਹਿੰਦੇ ਨੇ ਜੋਏ ਖਸਮ ਹੈ ਜਾਇਆ, ਜੋਏ ਕਹਿੰਦੇ ਨੇ ਜੋਰੂ ਨੂੰ, ਘਰਵਾਲੀ ਨੂੰ, ਇਸਤਰੀ ਨੂੰ, ਔਰਤ ਨੂੰ। ਉਹਨੇ ਆਖੇ ਆਪਣੇ ਖਸਮ ਨੂੰ ਜਨਮ ਦਿੱਤਾ, ਕਿਉਂਕਿ ਮਾਇਆ ਤੋਂ ਮਨ ਨੇ ਜਨਮ ਲੈਣਾ। ਮਾਇਆ ਮੂਈ ਨਾ ਮਨ ਮੂਆ, ਮਾਇਆ ਤੋਂ ਮਨ ਨੇ ਜਨਮ ਲਿਆ ਤੇ ਮਾਇਆ ਨਾਲ ਹੀ ਉਹਨੇ ਵਿਆਹ ਕਰਾ ਲਿਆ। ਜੁੜ ਕੇ ਸਤਿਗੁਰੂ ਕਹਿੰਦੇ ਨੇ ਮਨ ਦਾ ਤੇ
ਵਿਆਹ ਹੋ ਗਿਆ। ਆਪਸ ਵਿੱਚ ਜੁੜ ਗਏ ਨੇ। ਮਨ ਮਾਇਆ ਨੂੰ ਛੱਡ ਨਹੀਂ ਸਕਦਾ, ਮਨ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ, ਉਹਦੇ ਹਰ ਹੁਕਮ ਵਿੱਚ ਚੱਲਦਾ। ਹੁਣ ਦੋਹਾਂ ਤੋਂ ਘਰ ਬਣਨਾ ਹੈ, ਮਨ ਨੇ ਤੇ ਮਾਇਆ ਨੇ ਮਿਲ ਕੇ ਇੱਕ ਆਪਣਾ ਘਰ ਬਣਾਇਆ ਜਿਹਦੇ ਵਿੱਚ ਇਹ ਦੋਨੋਂ ਵਸਦੇ ਨੇ, ਉਹ ਹੈ ਮਰਿਆਦਾ, ਜਿਹਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਕਹਿੰਦੇ ਹਾਂ ਮਨ ਮਤ। ਮਤ ਇੱਕ ਘਰ ਹੈ ਜਿਹੜਾ ਮਾਇਆ ਨੇ ਤੇ ਮਨ ਨੇ ਆਪਣਾ ਘਰ ਬਣਾਇਆ ਹੈ, ਤੇ ਦੁਨੀਆਂ ਦੇ ਹਰ ਮਨੁੱਖ ਨੇ ਆਪਣਾ ਆਪਣਾ ਘਰ ਮਨ ਤੇ ਮਾਇਆ ਦੇ ਸੰਯੋਗ ਤੋਂ ਬਣਾ ਲਿਆ, ਉਹਨੂੰ ਕਹਿੰਦੇ ਨੇ ਮਰਿਆਦਾ। ਹਰ ਕਿਸੇ ਨੇ ਆਪਣੀ ਆਪਣੀ ਮਰਜ਼ੀ ਬਣਾ ਲਈ ਹੈ, ਤਾਂ ਹੀ ਹੋਇਆ ਜਾਵੇ ਨਾ ਆਪਣੀ ਆਪਣੀ ਦਾਰੀ ਤਬ ਇਸ ਕੋ ਹੈ ਮੁਸ਼ਕਲ ਪਾਈ। ਇਸੇ ਲਈ ਸਿੱਖ ਨੂੰ ਮੁਖਾਤਬ ਕਰਕੇ ਵੀ ਇੱਕ ਲਫ਼ਜ਼ ਆਖਿਆ ਗਿਆ, ਸੋ ਸਿੱਖ ਸਖਾ ਬਾਣੇ ਤੋਂ ਪਾਵ ਆਪਣੀ ਮਰਜ਼ੀ ਆਪਣੀ ਮਤ ਆਪਣਾ ਘਰ। ਮਨੁੱਖ ਜੀਵਨ ਜਿਉਣਾ ਹੈ ਆਪਣੀ ਮਤ ਵਿੱਚ, ਜਿਹਨੂੰ ਅਸੀਂ ਆਖਦੇ ਹਾਂ ਦੂਜੇ ਲਫ਼ਜ਼ਾਂ ਵਿੱਚ ਮਨ ਮਤ। ਮਨ ਮਤ ਜਿਹੜੀ ਹੈ ਉਹ ਜਨਮ ਲੈ ਰਹੀ ਹੈ, ਪੈਦਾ ਹੋ ਰਹੀ ਹੈ। ਮਨ ਮਤ ਜਿਹੜੀ ਹੈ ਉਹ ਘਰ ਰੂਪ ਵਿੱਚ ਕਿਵੇਂ ਜਨਮ ਲੈ ਰਹੀ ਹੈ, ਉਹ ਹੈ ਮਾਇਆ ਤੇ ਮਨ ਦੇ ਸੰਯੋਗ ਤੋਂ। ਮਾਇਆ ਤੇ ਮਨ ਦੋਨੋਂ ਮਿਲੇ ਨੇ, ਉਹਨਾਂ ਨੇ ਮਨ ਮਤ ਦਾ ਇੱਕ ਘਰ ਬਣਾ ਲਿਆ ਆਪਣਾ ਘਰ। ਮੇਰੀ ਮਨ ਮਤ ਆਪਣੀ, ਦੂਜੇ ਦੀ ਮਨ ਮਤ ਆਪਣੀ, ਤੀਜੇ ਦੀ ਮਨ ਮਤ, ਕਿਉਂਕਿ ਮਨ ਹਰ ਇੱਕ ਦਾ ਵੱਖਰਾ ਹੈ, ਮਤ ਵੀ ਹਰ ਇੱਕ ਦੀ ਵੱਖਰੀ ਹੈ। ਇਸੇ ਲਈ ਮਤ ਭੇਦ ਆਪਾਂ ਕਹਿੰਦੇ ਹਾਂ ਦੁਨੀਆਂ ਅੰਦਰ, ਮਤ ਭੇਦ ਦਾ ਕਾਰਨ ਇਹੋ ਹੈ ਕਿਉਂਕਿ ਸਭ ਦੀ ਮਤ ਮਾਇਆ ਤੇ ਮਨ ਦੀ ਮਰਜ਼ੀ ਤੇ ਨਿਰਭਰ। ਤੇ ਕਹਿੰਦੇ ਨੇ ਫਿਰ ਉਹਨਾਂ ਦੇ ਸੰਯੋਗ ਤੋਂ ਪੰਜ ਪੁੱਤਰਾਂ ਨੇ ਜਨਮ ਲਿਆ, ਉਹ ਵੀ ਬਣੀ ਆਖਰੀ ਪੰਜ ਪੂਤ ਪੰਜ ਪੂਤ ਜਣੇ ਇੱਕ ਮਾਏ। ਉਸੇ ਮਨ ਦੇ ਸੰਯੋਗ ਤੋਂ ਮਾਇਆ ਦੇ ਘਰ ਪੰਜ ਪੁੱਤਰ ਹੋਏ ਨੇ, ਜਿਹਨਾਂ ਨੂੰ ਅਸੀਂ ਆਖਦੇ ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹ ਪਰਿਵਾਰ ਘਰ 'ਚ ਵੱਸ ਰਿਹਾ, ਮਨਮਤ ਦੇ ਘਰ ਦੇ ਘਰ ਅੰਦਰ ਵੱਸਣ ਵਾਲਾ ਪਰਿਵਾਰ ਕੀ ਹੈ। ਕਹਿੰਦੇ ਨੇ ਪੰਜ ਪੂਤ ਜਣੇ ਇੱਕ ਮਾਏ, ਇੱਕ ਮਾਂ ਨੇ ਪੰਜ ਪੁੱਤਰਾਂ ਨੂੰ ਜਨਮ ਦਿੱਤਾ। ਉਸ ਪੁੱਜ ਖੇਲ ਕਰ ਜਗਤ ਵੀ ਆਏ, ਅੰਡਰ ਜੇਰਜ ਸੇਤਰ ਉਤਪੁਰ ਦੀ ਖੇਡ ਵਿੱਚ ਉਹਨੇ ਉਹਨਾਂ ਪੰਜਾਂ ਨੂੰ ਸਾਰੇ ਸੰਸਾਰ ਵਿੱਚ ਜਨਮ ਦਿੱਤਾ। ਸੰਸਾਰ ਸਾਰਾ ਇਹਨਾਂ ਪੰਜਾਂ ਵਿੱਚ ਕਿਰਿਆ ਹੋਇਆ ਹੈ। ਕਿਸੇ ਕੋਲ ਦੋ ਨੇ, ਕਿਸੇ ਕੋਲ ਤਿੰਨ ਨੇ, ਕਿਸੇ ਕੋਲ ਚਾਰ ਨੇ, ਪਰ ਹਰ ਇੱਕ ਕੋਲ ਇਹ ਮੌਜੂਦ ਨੇ। ਕਹਿਣ ਲੱਗੇ ਇਉਂ ਹੋਇਆ ਕਿ ਮੇਰਾ ਬਸ ਨਹੀਂ, ਦੋ ਲੜਕੀਆਂ ਵੀ ਪੈਦਾ ਹੋਈਆਂ ਨੇ, ਉਹ ਹਨ ਆਸਾ ਤੇ ਤ੍ਰਿਸ਼ਨਾ। ਸਪਸ਼ਟ ਕਰ ਰਹੇ ਨੇ ਮੈਂ ਕਿਹਨਾਂ ਨੂੰ ਖਤਮ ਕਰਨ ਦੀ ਗੱਲ ਕਰ ਰਿਹਾ, ਕਿਉਂਕਿ ਆਪਾਂ ਨੂੰ ਜੇ ਸਿੱਧੇ ਲਫ਼ਜ਼ਾਂ 'ਚ ਕਹੀਏ ਤਾਂ ਬਾਬਾ ਕਬੀਰ ਇਹ ਕਹਿ ਸਕਦੇ ਨੇ ਕਿ ਜਿਹਨੇ ਰੱਬ ਨੂੰ ਮਿਲਣਾ ਉਹ ਆਪਣਾ ਘਰ ਜਲਾ ਦੇਵੇ, ਅੱਗ ਲਾ ਦੇਵੇ, ਉਹ ਬੱਚੇ ਮਾਰ ਦੇਵੇ। ਕਦੀ ਇਹ ਗੱਲਾਂ ਹੋ ਸਕਦੀਆਂ ਸੰਸਾਰਿਕ ਤੌਰ ਤੇ? ਨਹੀਂ। ਕਹਿੰਦੇ ਨੇ ਮਨ ਤੇ ਮਾਇਆ ਦੋਨੋਂ ਮਿਲ ਕੇ ਉਹਨਾਂ ਦੇ ਸੰਯੋਗ ਤੋਂ ਇਹ ਮਨ ਮਤ ਦਾ ਘਰ ਬਣਿਆ। ਮੁਨੀ ਸਾਹਿਬ ਦੀ ਆਪਾਂ ਇੱਕ ਲਾਈਨ ਪੜ੍ਹਨੇ ਆ ਆਖਰ, ਉੱਥੇ ਮਨ ਮਤ ਖਤਮ ਕਰ ਦਈਏ ਤਾਂ ਫਿਰ ਗੁਰਮਤ ਆਉਂਦੀ ਹੈ, ਉਹਦਾ ਨਾਮ ਹੀ ਘਰ ਹੈ, ਕਿਉਂਕਿ ਮਨ ਮਤ ਮਨ ਦੀ ਮਰਜ਼ੀ ਦਾ ਘਰ। ਗੁਰਮਤ ਗੁਰੂ ਦੀ ਮਰਜ਼ੀ ਦਾ ਘਰ ਹੈ, ਉਹਨੂੰ ਅਸੀਂ ਲਫ਼ਜ਼ ਕੀ ਕਹਿੰਦੇ ਹਾਂ, ਗੁਰ ਕੇ ਗ੍ਰਹਿ ਦਾ ਮਤਲਬ ਸੇਵਕ ਜੋ ਰਹੇ। ਲਓ ਆਓ
जिन्हें गुरु के घर में रहना है। एक माया ते मन का बनाया हुआ घर है, उन्होंने भी मन मत आखते हैं, वो भी मत है। जो मन मत के हुक्म जीव जीता है तो समझो वो मन मत के घर में रह रहा है। वो हर किसी की अपनी है, इसलिए अपनी अपनी धारी हो जाती। जो गुरु के ग्रह उन्हें रहायश करनी है तो उदो गुरु की आग्या उनके हुक्म रहना पैना। इसलिए गुरु अर्जन पातशाह जी ने सुखमणी साहब स्पष्ट कर दिता ते कहन लगे, गुर के ग्रह सेवक जो रहे। ते निशानी की है भी हुण अपने घर च नहीं रह रहे, मनमत के घर च नहीं रह रहे, ये गुरु के घर च आ गया। गुर की आग्या मन में सहे, निशानी हो जाएगी। उत्थे मन दी ते माया दी मर्जी चलती सी, इत्थे गुरु दी मर्जी चलेगी। गुरु की आग्या मन में सहे, ते गुरु दे आग्या उच रहने लई आपां तां खत्म करना पैना। आपस को घर कछ ना जला, अपनी होंद ही खत्म कर देंगे। चलो इतने भी लफज जलाउन दे आ गया, अपने घर लावे आ गया। आपस को कर कछ ना जला पाए। हुण गुरु दे ग्रह विच आउण लई तां ही कोई आवे जे किसी का अपना घर ना होवे। लो हुण इस श्लोक नूं दुबारा वेखिए। सवाल ये आ गया भी गुर के ग्रह सेवक जो रहे, गुर की आज्ञा मन में सहे, आपस को कर कछ ना जनावे, हर हर नाम हृदय सद ध्यावे, मन बेचे। जो मन ही बिक गया ते पंजे लड़के भी बिच गए, परिवार सारा चला गया, आसा तृष्णा भी खत्म हो गई है। मन बेचे सतगुरु के पास, हुण अपना घर भी खत्म करना है। आपस को कर कछ ना जनावे, ते मन भी बेचना है, परिवार भी बेचना है। ते उहदे तां ही हो सकदा है ना, पहला अपना मन खत्म होवे, अपनी मन मत अपना घर तह जाए, अपना घर जल जाए, अपना परिवार खत्म हो जाए, ते तां जाके गुर के ग्रह सेवक जो रहे फिर आदमी दूजे कि घर में जाके बसदा। हुण इहो गल बाबा कबीर जी ने इत्थे कर दित्ती ते कहन लगे, ऐसा कोई ना जन्मे ओ। कहन लगे आई चीज ना कर, कोई अपने मन मत दा घर नहीं चला रहा, हर कोई अपनी मन मत दे सहारे जीना चाहता। जो इनकी मन मर्जी हो, मेरी मन मर्जी विच कोई दखल, इवन रब नूं गुरु नूं भी आखदा है मेरी मन मर्जी विच दखल ना देवे, जो मैं आखा ओ मेरी मर्जी नाल करे, जिवें ओ आखे मैं उहदी मर्जी नाल ना करा। आम रोजाना जीवन च देख लो, मैं एक बार कीती सी, सिख गुरु अगे अरदास का लफज लैंदा है, उत्थे अपनियां मंगां रखदा, जो मैं चाहना मैनूं दे। ਭਾਵੇਂ ਸ਼ੁਭ ਲਫਜ਼ ਨਾ ਦਾ ਸੀ ਵਰਤ ਦਿੰਦੇ ਹਾਂ ਕਿ ਸ਼ੁਭ ਇੱਛਾਵਾਂ ਪੂਰੀਆਂ ਕਰੀ, ਲੇਕਿਨ ਇੱਛਾਵਾਂ ਤਾਂ ਵਧੀਆ ਨੇ ਨਾ, ਇੱਛਾਵਾਂ ਤਾਂ ਵਧੀਆ ਨੇ। ਉਹ ਚਾਹੁੰਦਾ ਮੇਰੀਆਂ ਇੱਛਾ ਤੂੰ ਪੂਰੀਆਂ ਕਰ, ਜਿਵੇਂ ਮੈਂ ਕਹਿਣਾ ਉਵੇਂ ਕਰ, ਤੇ ਜੇ ਭਲਾ ਗੁਰੂ ਆਖੇ, ਇਹੋ ਹੀ ਗੱਲ ਗੁਰੂ ਆਖਦੇ ਵੇ ਕਿ ਸਿੱਖਾ ਜਿਵੇਂ ਮੈਂ ਕਹਿਣਾ ਉਵੇਂ ਤੂੰ ਕਰ। ਗੁਰਸਿੱਖ ਨੀਤ ਚਲੋ ਗੁਰ ਚਾਲੀ, जो गुर कहे सोई पर मनो। फिर इस किस्वटी ते पूरे उतरने, असी चाहने हैं साड़ी मर्जी इन्नी बलवान शक्ति होवे, साड़ा घर इन्ना मजबूत होवे, ये घर है मनमत दा, साड़ा मनमत दा घर इन्ना मजबूत होवे, ना ये टहे ना ये जले। ते जे असी ऐसे घर विच मनमत दे आप बैठे हैं ते फिर साडा घर तां जलना नहीं ना टहना नहीं, सानू गुरु दे घर जाण दी लोड़ ही क्यों पैनी, दूजे घर विच तो हो ही जांदा जिंदा अपना घर जल जाए।
ਤੇ ਬਾਬਾ ਕਬੀਰ ਜੀ ਨੇ ਇਸੇ ਲਈ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਇੱਕ ਗੱਲ ਆਖੀ ਕਹਿਣ ਲੱਗੇ ਜਿਹੜੇ ਆਪਣੀ ਮਨ ਮਰਜ਼ੀ ਨੂੰ ਜਲਾ ਸਕਦੇ ਨੇ। ਕਦੀ ਗਹਿਰਾਈ ਨਾਲ ਦੇਖੀਏ ਇੱਕ ਕੌੜੀ ਸੱਚਾਈ ਹੈ, ਕਿੰਨੇ ਕੁ ਲੋਕ ਨੇ ਜਿਹੜੇ ਆਪਣੀ ਮਨ ਮਰਜ਼ੀ ਸਾਡੀ ਲੜਾਈ, ਸਾਡਾ ਅੱਜ ਦਾ ਹਾਲਾਤ ਜੋ ਅਸੀਂ ਦੇਖ ਰਹੇ ਹਾਂ ਸੰਸਾਰ ਦੇ, ਉਹ ਸਾਰੀ ਆਪਣੀ ਮਨ ਮਰਜ਼ੀ 'ਤੇ ਖੜਾ। ਬਾਬਾ ਕਬੀਰ ਕਹਿੰਦੇ ਨੇ ਐਸਾ ਕੋਈ ਨਾ ਜਨਮੇ ਹੋ ਆਪਣੇ ਘਰ ਲਾਵੇ ਆਗ, ਜਿਹੜਾ ਆਪਣੀ ਮਨ ਮਤ ਆਪਣੀ ਮਰਜ਼ੀ ਨੂੰ ਤਿਆਗ ਦੇਵੇ। ਗੁਰਬਾਣੀ ਅੰਦਰ ਵਾਰ ਵਾਰ ਇਹੋ ਗੱਲ ਆ ਕਿ ਮਨ ਕੀ ਮਤ ਤਿਆਗੋ ਹਰ ਜਨ। ਗੁਰਬਾਣੀ ਕਹਿੰਦੇ ਨੇ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਣੀ, ਕਠੈਣੀ ਦਾ ਮਤਲਬ ਹੁੰਦਾ ਕਠਨ, ਔਖੀ। ਮਨ ਦੀ ਮਤ ਤਿਆਗਣੀ ਸਭ ਤੋਂ ਔਖੀ ਹੈ, ਇਉਂ ਹੀ ਔਖੀ ਹੈ ਜਿਵੇਂ ਆਪਣੇ ਘਰ ਨੂੰ ਅੱਗ ਲਾਉਣੀ ਔਖੀ। ਉਹ ਵੀ ਚੈਲੇਂਜ ਹੈ, ਕੋਈ ਆਪਣੇ ਘਰ ਨੂੰ ਅੱਗ ਕਿਉਂ ਲਾਵੇ? ਉਹ ਤਾਂ ਕਹੇਗਾ ਇਹਨੂੰ ਰਿਪੇਅਰ ਕਰਾਂ, ਅੱਗੇ ਨਾਲ ਵੀ ਮਜ਼ਬੂਤ ਹੋਵੇ। ਮਨੁੱਖ ਦਿਨ ਬ ਦਿਨ ਆਪਣੀ ਮਨ ਮਤ ਨੂੰ ਰਿਪੇਅਰ ਤਾਂ ਕਰ ਰਿਹਾ, ਉਹਨੂੰ ਜਸਟੀਫਾਈ ਕਰਕੇ ਲੋਕਾਂ ਦੇ ਸਾਹਮਣੇ ਇਹ ਸ਼ਬਦ ਕਰ ਰਿਹਾ ਕਿ ਜੋ ਮੇਰੀ ਮੱਤ ਹੈ ਉਹਦੇ ਵਰਗੀ ਸਿਆਣਪ ਉਹ ਜੀ ਮੱਤ ਕਿਸੇ ਕੋਲ ਨਹੀਂ। ਅੱਗੇ ਨਾਲੋਂ ਮਜ਼ਬੂਤ ਕਰ ਰਿਹਾ ਆਪਣੀ ਮੱਤ ਨੂੰ, ਅੱਗ ਲਾਉਣ ਲਈ ਤਿਆਰ ਕੋਈ ਵੀ ਨਹੀਂ। ਇੱਕ ਆਇਆ ਜਾਂਦਾ ਤੇ ਬਾਬਾ ਕਬੀਰ ਜੀ ਨੇ ਉਹ ਲਫ਼ਜ਼ ਵਰਤ ਦਿੱਤੇ, ਕਹਿਣ ਲੱਗੇ ਮੈਨੂੰ ਕੋਈ ਨਹੀਂ ਦਿਸਦਾ ਜਿਹੜੀ ਆਪਣੀ ਮੱਤ ਰੂਪੀ ਘਰ ਦੀ ਮਰਜ਼ੀ ਨੂੰ ਅੱਗ ਲਾ ਦੇਵੇ, ਖਤਮ ਕਰ ਦੇਵੇ। ਮੈਨੂੰ ਐਸਾ ਕੋਈ ਨਹੀਂ ਦਿਸਦਾ ਜਿਹੜਾ ਆਪਣੇ ਪਰਿਵਾਰ ਨੂੰ ਆਪ ਜਲਾ ਦੇਵੇ, ਕੰਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪ ਜਲਾ ਦੇਵੇ। ਫਿਰ ਉਹ ਆਰਾਮ ਨਾਲ ਰੱਬ ਨਾਲ ਜੁੜੇ, ਜਿਹੜਾ ਕੰਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਲਾ ਕੇ ਤੇ ਘਰ ਨੂੰ ਆਪਣੀ ਮਤ ਨੂੰ ਤਿਆਗ ਕੇ ਜਿਹੜੀ ਸਭ ਤੋਂ ਔਖੀ ਤੇ ਕਠਿਨ ਗੱਲ ਹੈ ਉਹ ਕਰੇ। ਬਾਬਾ ਕਬੀਰ ਕਹਿੰਦੇ ਨੇ ਜਿੱਥੇ ਵੇਚਿਆ ਜਾ ਸਕਦਾ ਹੈ, ਮੈਨੂੰ ਸਾਂਭ ਕੇ ਨਾ ਰੱਖੀ। ਕਹਿਣ ਲੱਗੇ ਕੋਈ ਹੈ, ਚਲੋ ਵੇਚਣ ਲਈ ਤਿਆਰ ਹੋ ਜਾਏ, ਮੇਰਾ ਸਾਥੀ ਉਹ ਹੀ। ਬਾਬਾ ਕਬੀਰ ਕਹਿੰਦੇ ਨੇ ਮੇਰਾ ਸਾਥੀ ਉਹ ਹੀ ਹੈ, ਇਹਨੂੰ ਕਹਿੰਦੇ ਨੇ ਸਤਸੰਗ। ਕਹਿਣ ਲੱਗੇ ਕੋ ਹੈ ਲੜਕਾ ਵੇਚੇ, ਆਓ ਵੀ ਮੈਂ ਇੱਕ ਆਵਾਜ਼ ਦਿੰਦਾ ਜਿਹਨੇ ਮੇਰੇ ਕਾਫਲੇ ਵਿੱਚ ਇਕੱਠਾ ਹੋਣਾ ਹੈ। ਕਮ ਸੇ ਕਮ ਜੇ ਉਹ ਘਰ ਨੂੰ ਅੱਗ ਨਹੀਂ ਲਾ ਸਕਦਾ, ਜੇ ਉਹ ਜਲਾ ਨਹੀਂ ਸਕਦਾ ਆਪਣੇ ਪਰਿਵਾਰ ਨੂੰ ਕੰਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਤਾਂ ਵੇਚ ਹੀ ਦੇਵੇ। ਵੇਚ ਦੇਣ ਨਾਲ ਵੀ ਕੀ ਹੁੰਦਾ, ਆਪਣਾ ਹੱਕ ਤਾਂ ਖਤਮ ਹੋ ਜਾਂਦਾ, ਆਪਣੀ ਵਰਤੋਂ ਤਾਂ ਖਤਮ ਹੋ ਜਾਂਦੀ ਹੈ। ਫਿਰ ਜਿੰਦਗੀ ਦੇ ਵਿੱਚ ਹੈ ਉਹ ਜਿਸ ਤਰ੍ਹਾਂ ਦੀ ਵਰਤੋਂ ਚਾਹੇ ਫਰਕ ਪੈ ਗਿਆ। ਹੁਣ ਜਦੋਂ ਅਸੀਂ ਕੰਮ ਵੇਚ ਦਿੰਦੇ ਹਾਂ ਫਿਰ ਉਹ ਗ੍ਰਸਤ ਬਣ ਜਾਂਦਾ, ਸਾਡੀ ਮਰਜ਼ੀ ਤੇ ਨਹੀਂ ਰਹਿੰਦਾ, ਉਹ ਸਾਨੂੰ ਦਲਫੈਲੀਆਂ ਨਹੀਂ ਫੈਲਾਣ ਦਿੰਦਾ। ਜਦੋਂ ਅਸੀਂ ਕ੍ਰੋਧ ਵੇਚ ਦਿੰਦੇ ਹਾਂ ਫਿਰ ਸਬੀਰ ਵੱਲ ਵੀਰ ਰਸ ਬਣ ਜਾਂਦਾ, ਫਿਰ ਸਾਨੂੰ ਜ਼ਾਲਮ ਨਹੀਂ ਬਣ ਦਿੰਦਾ, ਕਿਉਂਕਿ ਸਾਡਾ ਹੱਥ ਰਿਹਾ ਨਹੀਂ, ਸਾਡੀ ਮਰਜ਼ੀ ਚੱਲਣੀ ਨਹੀਂ, ਸਾਡੀ ਮਰਜ਼ੀ ਨਹੀਂ ਚੱਲਦੀ। ਫਿਰ ਲੋਭ ਜਿਹੜਾ ਉਹ ਸਾਡੀ ਕਿਰਤ ਬਣ ਜਾਏਗਾ, ਰਿਸ਼ਵਤ ਨਹੀਂ ਬਣੇਗਾ, ਪਰਾਇਆ ਹੱਕ ਨਹੀਂ ਬਣੇਗਾ,
प्यार प्रेम बन जाएगा, पकड़ नहीं बनेगा। कह लगे यो गल समझन ते सोचन वाली है कि जे तू काम क्रोध लोभ मोह हंकार नू जला नहीं सकता है, तेरा परिवार बनिया बैठा है, मन मत एक तेरा घर बन चुकी है, तू ओदे तो बाहर नहीं निकल रहा, दिन ब दिन तू मन मत नू होर मजबूत कर रहा है, रिपेयर कर रहा है, पहला ओनू अगला मन मत खत्म कर रहा, बात कठे नहीं, वो खत्म कर, मन मत खत्म कर, काम क्रोध लोभ मोह हंकार जला, जे नहीं तो आ फिर वेच लै, ये वेच कहिंदे अगे जिहड़ा इन्हां नू कंट्रोल कर सके। कहन लगे हर सिउ बंज करे, रब दे सामने आके आख जी काम क्रोध लोभ मोह हंकार मेरे वस नहीं, आ चुक तू संभाल, मैनू तां जिवें तू आखेगा उस नाल ही वरतू होए, ये आसा ते तिश्ना मेरियां धीआं हुण मेरी मर्जी ते नहीं तेरी मर्जी ते। कहन लगे जिस दिन तू यह फैसला कर लिया ना, उस दिन कबीर का तू साथी है ते कबीर तेरा साथी है, इउं असी अपनी अपनी धारी खत्म कर सकने हैं। गुरु कहिंदे मेरे मन की मत मेरे मन की मर्जी कचल लेना को तो कहता नहीं मजबूत हो गए बस कह लगे पहला अपनी मन मत का त्याग कर मन की मत त्यागो हर जन यह बात कठिनी त्याग कर इन पंजा नू परिवार दे जीआं नू गुरु अगे रब अगे वेच दे त्याख जी जिंदे वेच जिंदे अगे वेचिए फिर उनकी मर्जी चलती है इसलिए गुर के ग्रह सेवक जो रहे गुर की आज्ञा मन में सहे हुण मैं अपने मन मत दे घर विच नहीं गुरु दे ग्रह विच रहन लई तैयार हाँ वह ता ही है जे गुरु की आज्ञा मन नूं आदत सुभाव बन जाए गुर की आज्ञा मन में सहे आपस को कर कछ ना जनावे हर हर नाम हृदय सद ध्यावे मन बेचे सतगुरु के पास ते सेवक के कारनास सतगुरु बख्शिश करे बाबा कबीर जी दे अज दे वाले श्लोक दे सन चाहता सा चंगी तरह विचार हो जाए क्योंकि जे थोड़ी जी खुलासे करने विच फर्क रह जाए कई बार समझना पवे तो फिर वो नवे शंके पैदा हो जाते हैं
ਰੱਬ ਨੂੰ ਮਿਲਣ ਲਈ ਕੋਈ ਇਹ ਕਹਿਣਾ ਕਿ ਆਪਣੇ ਘਰ ਨੂੰ ਅੱਗ ਲਾ ਦੇ ਪੁੱਤਰਾਂ ਧੀਆਂ ਨੂੰ ਜਲਾ ਦੇ ਨਹੀਂ ਇੰਨੀ ਗੱਲ ਨਹੀਂ ਸਕਦਾ ਸਮਝਣਾ ਹੋ ਗਿਆ ਉਹ ਆਪਣਾ ਘਰ ਕੀ ਹੈ ਉਹ ਹੈ ਮਨ ਕੀ ਮਤ ਤਿਆਗੋ ਹਰ ਜਨ ਉਹ ਬਾਤ ਕਠਹਿਣੀ ਆਪਣੀ ਮਨ ਮਤ ਨੂੰ ਤਿਆਗਣਾ ਆਪਣੇ ਕੰਮ ਕਦਰੋਂ ਮੋਹਕਾਰ ਨੂੰ ਵੇਚਣਾ ਹੈ ਅਤੇ ਫਿਰ ਸੁਰਖਰੂ ਹੋ ਕੇ ਗੁਰੂ ਦੇ ਗ੍ਰਹਿ ਵਿੱਚ ਜਾਣਾ ਹੈ ਲਓ ਜੀ ਮੈਂ ਹੁਣ ਮੇਰਾ ਮਨ ਮਤ ਦਾ ਜਿਹੜਾ ਘਰ ਸੀ ਉਹ ਤਾਂ ਬਰਬਾਦ ਹੋ ਗਿਆ ਉਹ ਮੈਂ ਜਲਾ ਆਇਆ ਹੁਣ ਇਹ ਗੁਰੂ ਮੈਂ ਤੇਰੇ ਘਰ ਵਿੱਚ ਆ ਗਿਆ ਗੁਰੂ ਕੇ ਗ੍ਰਹਿ ਸੇਵਕ ਜੋ ਰਹੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।